ਕਰੀਬ 16 ਸਾਲਾਂ ਤੋਂ ਬੇਆਬਾਦ ਪਏ ਮਲੋਟ ਦੇ ਮਿੰਨੀ ਇੰਡਸਟਰੀਅਲ ਫੋਕਲ ਪੁਆਇੰਟ ਦੇ ਦਿਨ ਫਿਰਦੇ ਨਜ਼ਰ ਆਏ। ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਨੇ ਜੂਨ ਤੱਕ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀਆਂ ਘਾਟਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਇੰਡਸਟਰੀਅਲ ਫੋਕਲ ਪੁਆਇੰਟ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਜਿਹੜਾ ਮਲੋਟ ਇੰਡਸਟਰੀਅਲ ਸ਼ਹਿਰ ਦੇ ਕਰਕੇ ਜਾਣਿਆ ਜਾਂਦਾ, ਇੱਥੇ ਸਰਕਾਰ ਨੇ 106 ਏਕੜ ਜਗ੍ਹਾ ਦੇ ਕੇ ਇੰਡਸਟਰੀਅਲ ਫੋਕਲ ਪੁਆਇੰਟ ਡਿਵੈਲਪ ਕਰਨ ਦਾ ਪਿਛਲੇ ਸਮੇਂ 'ਚ ਉਪਰਾਲਾ ਕੀਤਾ ਸੀ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਇਸ ਸ਼ਹਿਰ ਦੇ ਇਸ ਐਡੇ ਪ੍ਰੀਸ਼ੀਅਸ ਲੈਂਡ 'ਤੇ ਡਿਵੈਲਪ ਕੀਤੇ ਜਾ ਰਹੇ ਫੋਕਲ ਪੁਆਇੰਟ ਨੂੰ ਅੱਖੋਂ ਦੇਖਿਆ ਕਿਉਂ ਕੀਤਾ ਗਿਆ, ਜਿੱਥੇ ਅੱਜ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੀ ਲੋੜ ਹੈ ਅਤੇ ਸਾਡੀ ਸਰਕਾਰ ਜਾ ਕੇ ਦੇਸ਼ ਵਿਦੇਸ਼ ਅਤੇ ਬਾਂਬੇ ਵਰਗੇ ਸ਼ਹਿਰਾਂ 'ਚ ਇੰਡਸਟਰੀਅਲ ਹਾਊਸਿਸ ਨੂੰ ਪੰਜਾਬ ਦੇ ਵਿੱਚ ਇੰਡਸਟਰੀ ਸੈਟਅਪ ਕਰਨ ਦੇ ਲਈ ਰਿਕੁਐਸਟ ਕਰਨ ਜਾ ਰਹੀ ਹੈ, ਪਰ ਅਸੀਂ ਆਪਦਾ ਘਰ ਜਿੱਥੇ ਸਾਡੇ ਕੋਲ ਸਭ ਕੁਝ ਹੈ ਉਹਨੂੰ ਅਸੀਂ ਵਿਕਸਿਤ ਕਰਨ ਵੱਲ ਓਨਾ ਧਿਆਨ ਨਹੀਂ ਦਿੱਤਾ ਜਿੰਨਾ ਸਾਨੂੰ ਦੇਣਾ ਬਣਦਾ ਸੀ। ਅੱਜ ਐਸੋਸੀਏਸ਼ਨ ਨੇ ਉਪਰਾਲਾ ਕੀਤਾ, ਉਹਨਾਂ ਨੇ ਸਾਡੀ ਲੋਕਲ ਐਡਮਿਨਿਸਟ੍ਰੇਸ਼ਨ ਡੀ ਸਾਹਿਬ SDM ਸਾਹਿਬ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਔਰ ਚੰਡੀਗੜ੍ਹ ਤੋਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਨੇ ਇੱਕ ਨਵੀਂ ਜਿਵੇਂ ਪੁਨਰ ਜਾਗਰਤੀ ਵਾਲੀ ਗੱਲ ਹੁੰਦੀ ਹੈ ਕਿ ਇਸ ਨੂੰ ਮੁੜ ਸ਼ੁਰੂਆਤ ਕਰਨ ਦੇ ਲਈ ਉੱਦਮ ਕੀਤਾ, ਔਰ ਮੈਂ ਅੱਜ ਤੋਂ ਇਸ ਗੱਲ ਨੂੰ ਯਕੀਨ ਦਵਾਉਣਾ ਕਿ ਇਸ ਦੀ ਡਿਵੈਲਪਮੈਂਟ ਦੇ ਲਈ ਮੈਂ ਰਾਊਂਡ ਦੀ ਕਲੋਕ ਕਿਸੇ ਵੇਲੇ ਹੋਰ ਮੇਰਾ ਕਿੱਡਾ ਰਜੀਵਾਂ ਹੋਵੇ ਇਸ ਨੂੰ ਮੇਰੀ ਪਹਿਲਕਦਮੀ ਹੋਏਗੀ। ਔਰ ਜਿੰਨੇ ਇਹਨਾਂ ਦੇ ਮੇਨ ਪੁਆਇੰਟਸ ਹੈ ਡੀ ਸਾਹਿਬ ਦੇ ਵੀ ਧਿਆਨ 'ਚ ਆ ਗਿਆ, ਮੇਰੇ ਵੀ ਧਿਆਨ 'ਚ ਆ ਗਿਆ, ਅਤੇ ਮੈਂ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਇਹ ਮਸਲਾ ਪਹਿਲਾਂ ਵੀ ਵਿਚਾਰਿਆ ਅਤੇ ਹੁਣ ਵੀ ਜਾ ਕੇ ਮੈਂ ਲੇਟੈਸਟ ਪੁਜੀਸ਼ਨ ਜੋ ਲੈ ਕੇ ਚੱਲਿਆ ਉਹ ਵਿਚਾਰਾਂਗਾ। ਔਰ ਇਸ ਜਿਹੜੀ ਕਾਰਪੋਰੇਸ਼ਨ ਦੇ MD ਹੈ ਮਿਸਟਰ ਅਗਰਵਾਲ, ਉਹਨਾਂ ਨੂੰ ਵੀ ਬੁਲਾ ਕੇ ਅਤੇ ਇਹਨਾਂ ਦੇ ਨਾਲ ਜਿਹੜੇ ਸੰਬੰਧਿਤ ਅਧਿਕਾਰੀ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮਨਿਊਟਲੀ ਇਕੱਲੀ ਇਕੱਲੀ ਜਿਹੜੀ ਕਲਾਜ ਹੈ ਇਹਦੀ ਉਸ ਨੂੰ ਅਸੀਂ ਟੇਕਅਪ ਕਰਾਂਗੇ, ਔਰ ਉਹਨੂੰ ਅਸੀਂ ਜਿਹੜਾ ਇਹਦਾ ਬਣਦਾ ਕੰਕਲੂਜ਼ਨ ਆ ਉੱਥੋਂ ਤੱਕ ਲਿਜਾਣ ਦੇ ਲਈ ਹਿੰਮਤ ਕਰਾਂਗੇ। ਸ਼ੁਰੂਆਤ ਤਾਂ ਸਭ ਤੋਂ ਪਹਿਲਾਂ ਤਾਂ ਜਾਨ ਮਾਲ ਦੀ ਰਾਖੀ ਹੈ, ਪੁਲਿਸ ਦਾ ਗੇੜਾ ਇੱਥੇ ਵੱਜਣ ਲੱਗ ਜੂ, ਠੀਕ ਹੈ, ਇਹਨਾਂ ਨੂੰ ਹੌਂਸਲਾ ਹੋਜੂ ਵੀ ਅਸੀਂ ਸਿਕਿਓਰ ਹੈ, ਸਾਨੂੰ ਕੋਈ ਬੰਦਾ ਡੈਮੇਜ ਨਹੀਂ ਕਰੇਗਾ, ਠੀਕ ਹੈ। ਸਾਫ਼ ਸਫਾਈ ਕੀਤੀ ਆ, ਮੈਂ ਧੰਨਵਾਦ ਕਰਦਾ, ਇਹ ਆਪਣੀ ਮੁਹਿੰਮ ਨੂੰ ਜਾਰੀ ਰੱਖਣਗੇ, ਜਿੱਥੇ ਸਫਾਈ ਹੋਏਗੀ ਲੋਕ ਆਪੇ ਭੱਜ ਭੱਜ ਜਾਣਗੇ, ਠੀਕ ਹੈ, ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਨਵੀਂ ਸੋਚ ਬਣ ਜੂਗੀ ਵੀ ਫਲਾਂ ਥਾਂ ਦੇ ਵਿੱਚ ਚਲੋ ਆਪਾਂ ਫੋਕਲ ਪੁਆਇੰਟ ਹੀ ਜਾ ਆਈਏ, ਫੋਕਲ ਪੁਆਇੰਟ 'ਤੇ ਗੇੜਾ ਹੀ ਮਾਰ ਆਈਏ, ਠੀਕ ਹੈ। ਇਸ ਤਰ੍ਹਾਂ ਜਦੋਂ ਲੋਕਾਂ ਦਾ ਆਉਣਾ ਜਾਣਾ ਬਣ ਗਿਆ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕਿ ਇਸ ਫੋਕਲ ਪੁਆਇੰਟ ਨੂੰ ਵਿਕਸਿਤ ਹੋਣ ਦੇ ਵਿੱਚ ਸਮਾਂ ਲੱਗੇ। ਆਈ ਵਿਲ ਟੇਕ ਅਪ, ਆਈ ਹੈਵ ਆਲਰੇਡੀ ਸਪੋਕਨ, ਆਈ ਹੈਵ ਆਲਰੇਡੀ ਕਨਵੇਡ ਕਿ ਆਈ ਵਿਲ ਟੇਕ ਅਪ ਦਿਸ ਇਸ਼ੂ ਵਿਦ ਦਾ ਰੈਲੇਵੈਂਟ ਵਿਦ ਦਾ ਕੰਪੀਟੈਂਟ ਅਥੋਰਿਟੀਜ਼ ਅਤੇ ਇਹਨੂੰ ਹੱਲ ਕਰਾਂਗੇ। ਫਾਰਵਰਡ ਅਸੀਂ ਅੱਜ ਮਹੀਨਾ ਇਜ਼ ਏ ਲੌਂਗ ਟਾਈਮ ਯਾਰ, ਮਹੀਨਾ ਤਾਂ ਬਹੁਤ ਲੰਮਾ, ਅੱਜ ਦੇਰਾਂਗੇ, ਅੱਜ ਅਸੀਂ ਹੁਣ ਬੈਠਣ ਲੱਗੇ ਹਾਂ ਅਤੇ ਡੀ ਸਾਹਿਬ ਬੈਠੇ ਆ, ਇਹਨਾਂ ਨੂੰ ਇਹਨਾਂ ਦੇ ਰਾਹੀਂ ਵੀ ਕਨਵੇ ਕਰਾਂਗੇ, ਮੈਂ ਆਪਣੇ ਤੌਰ 'ਤੇ ਕਨਵੇ ਕਰਾਂਗਾ।
ਉਹ ਤਾਂ ਇਹਨਾਂ ਨੇ ਅੱਜ ਮੈਨੂੰ ਯਕੀਨ ਦਵਾਇਆ, ਐਕਸ਼ਨ ਸਾਹਿਬ ਆਇਆ ਸ਼ਰਮਾ ਜੀ, ਕਿ ਇਹਨਾਂ ਦਾ ਜਿਹੜਾ ਉਹ ਪ੍ਰੋਜੈਕਟ ਆ ਉਹ ਕਲੀਅਰ ਹੋ ਗਿਆ। ਹੀ ਗੇਵ ਮੀ ਏ ਟਾਈਮ ਆਫ ਜੂਨ, ਜੂਨ ਦੇ ਵਿੱਚ ਅਸੀਂ ਪਾਣੀ ਇੱਥੇ ਉਪਲਬਧ ਕਰਾ ਦਿਆਂਗੇ। ਠੀਕ ਹੈ, ਆ ਗਿਆ ਜੂਨ 'ਚ। ਫੋਕਲ ਪੁਆਇੰਟ ਕਾ ਐਸੋਸੀਏਸ਼ਨ ਵੱਲੋਂ ਕੁਛ ਇਨਕਾ ਇਸ਼ੂਸ ਦਾ ਬਾਰੇ ਅੱਜ ਦੇ ਹੈ ਬਰਾਟ ਇਟ ਟੂ ਆਰ ਨੋਟਿਸ, ਇਸਕੇ ਬਾਅਦ ਅਸੀਂ ਬੈਠ ਕੇ ਖੱਲੇ ਖੱਲੇ ਇਸ਼ੂ ਨੂੰ ਡਿਸਕਸ ਕਰਕੇ ਕਿਤੇ ਪ੍ਰੋਬਲਮ ਪੇਂਡਿੰਗ ਹੈ ਉਹ ਆਈਡੈਂਟੀਫਾਈ ਕਰਕੇ ਉਸਕੇ ਜ਼ਰੂਰ ਸੋਲਿਊਸ਼ਨ ਨਿਕਲ ਕੇ ਸਾਡਾ ਤਾਂ ਕੋਸ਼ਿਸ਼ ਹੈ ਮਲੋਟ ਵਿੱਚ ਫੋਕਲ ਪੁਆਇੰਟ ਵਿਲ ਕਮ ਵੈਰੀ ਫਲਾਰਿਸ਼ਿੰਗ, ਇਸ ਉਹ ਫਾਈਨਲੀ ਆਪਣਾ ਇਸ ਬੈਕਵਰਡ ਏਰੀਆ ਹੈ ਸਾਰਾ ਨੌਜਵਾਨ ਨੂੰ ਘਰ ਘਰ ਰੋਜ਼ਗਾਰ ਪ੍ਰੋਗਰਾਮ ਅੰਦਰ ਦੇ ਸ਼ੁੱਡ ਗੈਟ ਏ ਇੰਪਲਾਇਮੈਂਟ, ਦਿਸ ਇਜ਼ ਆਰ ਹਾਈਐਸਟ ਪ੍ਰਾਇਓਰਿਟੀ। ਜਿਹੜੀ ਰਿਕੁਆਇਰ ਹੋਈ ਸੀ ਦਾਨੇ ਵਾਲੇ ਦੀ ਹੋਈ ਸੀ, ਔਰ ਸਾਬਕਾ ਸਵਰਗੀ ਸਰਦਾਰ ਹਰਜਨ ਸਿੰਘ ਬਰਾੜ ਮੁੱਖ ਮੰਤਰੀ ਪੰਜਾਬ ਗਵਰਨਰ ਸਾਹਿਬ ਉਹਨਾਂ ਨੇ ਇਹਨੂੰ ਮਨਜ਼ੂਰ ਕੀਤਾ ਸੀ, ਔਰ ਬੜਾ ਚਿਰ ਹੋ ਗਿਆ ਇਸ ਨੂੰ ਲੰਬੀ ਮੰਗ ਨੂੰ ਵੀ ਇਹ ਔਜ਼ਾਰ ਬਣ ਕੇ ਪਿਆ ਹੈ। ਅੱਜ ਪੱਟੀ ਸਾਹਿਬ ਨੇ ਬਹੁਤ ਵਿਸ਼ਵਾਸ ਦਵਾਇਆ ਕਿ ਇਹਨੂੰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਕੇ ਇਹਨੂੰ ਬਹੁਤ ਸੁੰਦਰ ਅਤੇ ਬਦ ਜੋ ਵੀ ਇਹਨੂੰ ਸਹੂਲਤਾਂ ਦੀ ਲੋੜ ਹੈ ਮੈਂ ਉਹ ਪੂਰੀਆਂ ਕਰਵਾਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਨੀ ਕੁਛ ਯਾਦ ਕਰਦਾ ਕਿ ਇਹੋ ਜਿਹੇ ਸ਼ਬਦ ਹੀ ਨਹੀਂ ਬਣੇ ਕਿ ਜਿਨ੍ਹਾਂ ਨਾਲ ਮੈਂ ਇਹ ਸਮਾਗਮ ਦੀ ਅੱਜ ਧੰਨਵਾਦ ਕਰ ਸਕਾਂ, ਕਿਉਂਕਿ ਅੱਜ ਤੋਂ ਲਗਭਗ 41 ਸਾਲ ਪਹਿਲਾਂ ਮਲੋਟ ਮੰਡੀ ਦੇ ਵਿਸ਼ਵ ਕਵਰਾਂ ਭਵਨ ਦੇ ਵਿੱਚ ਇੱਕ ਅਰਦਾਸ ਕੀਤੀ ਗਈ ਸੀ ਕਿ ਮਲੋਟ ਮੰਡੀ ਵਿਖੇ ਇੰਡਸਟਰੀਅਲ ਫੋਕਲ ਪੁਆਇੰਟ ਸਥਾਪਿਤ ਕੀਤਾ ਜਾਵੇ, ਸਮੇਂ ਸਮੇਂ ਦੇ ਉੱਤੇ ਜਥੇਬੰਦੀਆਂ ਇਸ ਨੂੰ ਬਣਾਉਣ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖਦੀਆਂ ਸਨ। ਮਲੋਟ ਮੰਡੀ ਦੀ ਵਿਸ਼ਵਕਰਮਾ ਐਗਰੀਕਲਚਰ ਐਸੋਸੀਏਸ਼ਨ ਜਿਨ੍ਹਾਂ ਨੇ ਕਿ ਉਪਰਾਲਾ ਚੱਕਿਆ ਅਤੇ ਸਮੇਂ ਸਮੇਂ ਦੇ ਉੱਤੇ ਚਾਹੇ ਪੰਜਾਬ ਦੇ ਵਿੱਚ ਕੋਈ ਸਰਕਾਰ ਹੈ ਚਾਹੇ ਗਵਰਨਰੀ ਰਾਜ ਹੈ ਉਹ ਆਪਣਾ ਸੰਘਰਸ਼ ਜਾਰੀ ਕਰਦੇ ਕਰਦੇ ਹੋਏ ਹੋਏ ਲਗਭਗ 30 ਸਾਲ ਬਾਅਦ ਮਲੋਟ ਵਿਖੇ ਇੰਡਸਟਰੀਅਲ ਫੋਕਲ ਪੁਆਇੰਟ ਸਥਾਪਿਤ ਹੋਇਆ, ਜਿਹੜੀ ਕਿ ਇਸ ਇਲਾਕੇ ਦੀ ਬਹੁਤ ਵੱਡੀ ਮੰਗ ਸੀ। ਔਰ ਅੱਜ ਬੜੀ ਖੁਸ਼ੀ ਹੈ, ਮੈਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਪੰਜਾਬ ਸਰਕਾਰ ਸਾਡੇ ਉਹ ਸੁਪਨੇ ਨੂੰ ਸਾਕਾਰ ਕਰਨ ਚੱਲੀ ਹੈ। ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਅਤੇ ਪਰਮਾਤਮਾ ਹੀ ਅਰਦਾਸ ਕਰਦਾ ਹਾਂ ਕਿ ਇੰਡਸਟਰੀਅਲ ਫੋਕਲ ਪੁਆਇੰਟ ਦਿਨ ਦੁੱਗਣੀ ਰਾਤ ਚੌਗਣੀ ਤੱਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਨਯੋਗ MLA ਸਾਹਿਬ ਦੀ ਰਹਿਨੁਮਾਈ 'ਚ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਔਰ ਉਹਨਾਂ ਨੂੰ ਬੜੇ ਚੰਗੇ ਢੰਗ ਨਾਲ ਜਿਹੜਾ ਉਹਨਾਂ ਨੂੰ ਸੁਣਿਆ ਗਿਆ ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਸਾਨੂੰ ਅੱਜ ਪੂਰਾ ਯਕੀਨ ਦਵਾਇਆ ਕਿ ਬਹੁਤ ਜਲਦੀ ਅਸੀਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਾਂਗੇ। ਸਾਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ, ਅਸੀਂ ਬਹੁਤ ਧੰਨਵਾਦੀ ਹਾਂ ਇਸ ਸਰਕਾਰ ਦੇ MLA ਸਾਹਿਬ ਦੇ। ਸੰਭਾਵਨਾ ਦੇ ਕੋਈ ਕਾਫੀ ਦੇਰ ਤੋਂ ਸੀਵਰੇਜ ਦਾ ਲਟਕਿਆ ਆ ਰਿਹਾ ਕੰਮ ਹੈ, ਬਿਜਲੀ ਦਾ ਹੈ, ਪਾਣੀ ਦਾ ਹੈ, ਇਹਨਾਂ ਸਮੱਸਿਆਵਾਂ ਦਾ ਮੇਨ ਸਿਕਿਉਰਿਟੀ ਹੋ ਗਈ। ਹਾਂ ਕਿ ਉਸ ਪਲੋਟ ਦੀ ਜਿਹੜੀ ਹੈ ਉਹ ਜਿਹੜੀ 2011 ਜਿਹੜੀ ਅਲੋਟਮੈਂਟ ਹੋਈ ਸੀ ਉਹਦੇ 'ਚੋਂ ਨੋਨ ਟਰਾਂਸਫੇਬਲ ਜਿਹੜੀ ਸੀਗੀ ਉਹ ਸਾਡੀ ਮੇਨ ਮੰਗ ਸੀਗੀ ਵੀ ਉਹ ਟਰਾਂਸਫੇਬਲ ਹੋਣਾ ਚਾਹੀਦਾ। ਹਾਂਜੀ ਹਾਂਜੀ, ਤੋ ਇਸ ਗੱਲ ਦੀ ਅੱਜ ਜੋ MLA ਸਾਹਿਬ ਨੇ ਯਕੀਨ ਦਵਾਇਆ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਪੁਆਇੰਟ ਬਣਾਇਆ ਗਿਆ ਇਹਦੇ ਵਿੱਚ ਨਾ ਬੁਨਿਆਦੀ ਸਹੂਲਤਾਂ, ਪਾਣੀ, ਸੀਵਰੇਜ ਅਤੇ ਬਾਉਂਡਰੀ ਵਾਲ, ਸੁਰੱਖਿਆ ਦੀ ਕੋਈ ਹੈ ਨਹੀਂ ਇੱਥੇ ਸਹੂਲਤ, ਅਤੇ ਬਾਕੀ ਜਿਹੜਾ ਹੈਗਾ ਕੁਛ ਇੱਦਾਂ ਦਾ ਵੀ ਪਲਾਟ ਜਿਹੜੇ ਦਿੱਤੇ ਅਲੋਟ ਕੀਤੇ ਹੋਏ ਹੈਗੇ ਆ ਉਹਦੇ ਵਿੱਚ ਕਾਫੀ ਬੰਦੇ ਐਸੇ ਆ ਜਿਹੜੇ ਉਹ ਪਲਾਟ ਸਿਰਫ ਉਹਨਾਂ ਨੇ ਖਰੀਦਣ ਵੇਚਣ ਪਿੱਛੇ ਲਿੱਤੇ ਹੋਏ ਆ, ਜਿਸ ਕਰਕੇ ਇਹ ਯਾਨੀ ਕਿ ਫੋਕਲ ਪੁਆਇੰਟ ਜਿਹੜਾ ਇਹ ਆਬਾਦ ਨਹੀਂ ਹੋ ਰਿਹਾ, ਜਿਸ ਦੇ ਵਿੱਚ ਇੱਕ ਸਕੀਮ ਦੇ ਵਿੱਚ ਜਿਹੜਾ ਦਿੱਤਾ ਨੋਨ ਟਰਾਂਸਫੇਬ ਨੋਨ ਟਰਾਂਸਫਰਏਬਲ ਦੇ ਵਿੱਚ ਦਿੱਤਾ ਗਿਆ ਪਲੋਟ ਦਾ ਅਲੋਟ ਕੀਤੀ ਹੋਈ ਹੈ
ਜੇ ਇਹਨਾਂ ਨੂੰ ਫਰੀ ਹੋਲਡ ਕਰ ਦਿੱਤਾ ਜਾਵੇ ਤਾਂ ਇਹਦੇ ਨਾਲ ਕਾਫੀ ਆਰਥਿਕ ਸਮੱਸਿਆ ਹੱਲ ਹੋ ਜੂਗੀ। ਬੁਨਿਆਦੀ ਸਹੂਲਤਾਂ ਇੱਥੇ ਉਪਲਬਧ ਕਰਾ ਦਿੱਤੀਆਂ ਜਾਣ ਤਾਂ ਕਾਫੀ ਇੰਡਸਟਰੀਲਿਸਟ ਇੱਥੇ ਆਉਣ ਨੂੰ ਤਿਆਰ ਹੈ। ਬਾਕੀ ਜਿਹੜਾ ਇੱਕ ਮਹੀਨੇ ਦਾ ਨੋਟਿਸ ਦਿੱਤਾ ਗਿਆ ਵੀ ਤੁਸੀਂ ਇਸ ਨੂੰ ਪਲੱਟ ਨੂੰ ਬਾਅਦ ਕਿਉਂ ਨਹੀਂ ਕੀਤਾ, ਤਾਂ ਉਹਦੇ ਵਿੱਚ ਇਹ ਹੈ ਵੀ ਜਿੰਨਾ ਚਿਰ ਲੋਕਾਂ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ ਇੰਡਸਟਰੀਲਿਸਟ ਨੂੰ, ਉਹਨਾਂ ਚਿਰ ਇੱਥੇ ਉਹ ਕਿਸ ਤਰੀਕੇ ਨਾਲ ਉਹ ਪਲਾਟ ਨੂੰ ਇੱਥੇ ਅਲੋਟ ਕਰ ਆਪਣੇ ਬਣਾ ਸਕਦਾ, ਨਾ ਹੀ ਉੱਥੇ ਡਿਵੈਲਪਮੈਂਟ ਹੋ ਸਕਦੀ ਹੈ ਜਿੰਨਾ ਚਿਰ ਉਸਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ।